ਲੁਧਿਆਣੇ ਦੇ ਪ੍ਰੀਤ ਪੈਲਸ ਦੇ ਕੋਲ ਕਾਰ ਅਤੇ ਐਕਟਿਵਾ ਦੀ ਟੱਕਰ ਹੋਣ ਦਾ ਮਾਮਲਾ ਵੇਖਣ ਨੂੰ ਮਿਲਿਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਉੱਥੇ ਘਟਨਾ ਜਿਹੜੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਾਰ ਚਾਲਕ ਐਕਟਿਵਾ ਸਵਾਰ ਨੂੰ ਹਿੱਟ ਕਰ ਰਿਹਾ। ਇਸ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਕਾਬੂ ਕਰ ਲਿਆ ਗਿਆ। ਉੱਥੇ ਹੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਦੀ ਜਿਹੜੀ ਮਹਿਲਾ ਹੈ, ਉਹਨਾਂ ਨੇ ਦੱਸਿਆ ਕਿ ਦੇਰ ਰਾਤ ਇਹ ਹਾਦਸਾ ਵਾਪਰਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੇਟੀ ਨੂੰ ਕੁਲਫੀ ਲਿਆਉਣ ਲਈ ਕਿਹਾ ਸੀ। ਪੀੜਤਾਂ ਨੇ ਦੱਸਿਆ ਕਿ 11:30 ਵਜੇ ਫੋਨ ਆਇਆ, ਲੇਕਿਨ ਉਹ ਫੋਨ ਨਹੀਂ ਚੁੱਕ ਰਹੀ ਸੀ। ਇਸ ਦੇ ਨਾਲ ਹੀ ਉਸਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਸੋ ਦਰਦਨਾਕ ਹਾਦਸੇ ਦੇ ਵਿੱਚ ਦੋ ਦੀ ਮੌਤ ਹੋ ਗਈ ਹੈ, ਜਿਹਦੀ ਲਾਈਵ ਵੀਡੀਓ ਵੀ ਹੈ ਜਿਹੜੀ ਸਾਹਮਣੇ ਆ ਗਈ ਹੈ। ਮੈਂ 11:13 'ਤੇ ਫੋਨ ਕੀਤਾ ਆਪਣੀ ਬੇਟੀ ਨੂੰ, ਮੈਂ ਕਿਹਾ ਮੈਨੂੰ ਘਬਰਾਹਟ ਹੋ ਰਹੀ ਹੈ, ਮੇਰੇ ਲਈ ਕੁਲਫੀ ਲੈ ਕੇ ਆਈ। ਅਤੇ ਇੰਨੇ ਨੂੰ 11:20 'ਤੇ ਵੀ ਅਸੀਂ ਫੋਨ ਕੀਤਾ, 25 'ਤੇ ਕੀਤਾ, 30 'ਤੇ ਕੀਤਾ, ਸਾਨੂੰ ਕੋਈ ਖਬਰ ਨਹੀਂ ਆਈ। ਮੇਰਾ ਬੱਚਾ ਜਿਹੜਾ ਮੁੰਡਾ ਸੀ ਉਹ ਗੁੱਸਾ ਕਰ ਗਿਆ, ਕਹਿੰਦਾ ਭਾਬੀ ਫੋਨ ਨਹੀਂ ਚੱਕ ਰਹੀ। ਇੰਨਾ ਨਹੀਂ ਪਤਾ ਸਾਨੂੰ ਕਿਸੇ ਨੇ ਉਹਦਾ ਸਿਮ ਪਾ ਕੇ ਸਾਨੂੰ ਫੋਨ ਕੀਤਾ ਕਿ ਉਹ ਤਾਂ ਵੀ ਮੈਂ ਸਿਵਲ ਹਸਪਤਾਲ ਲੈ ਕੇ ਚੱਲਿਆ ਵਾਂ, ਸਾਡੇ ਰੋਂਗਟੇ ਖੜ੍ਹੇ ਹੋ ਗਏ ਕਿ ਇੰਨੀਆਂ ਸੱਟਾਂ ਕਿੱਦਾਂ ਲੱਗ ਗਈਆਂ ਮੇਰੇ ਬੱਚਿਆਂ ਨੂੰ ਜਿਹੜੇ ਲੈ ਕੇ ਚੱਲੇ ਨੇ। ਅਸੀਂ ਗਏ ਅਤੇ ਉੱਥੇ ਬਿਲਕੁਲ ਹੀ ਉਹ ਡੈਡ ਸੀ। ਅਸੀਂ ਦੇਖਦੇ ਇਹ 11:45 ਦਾ ਟਾਈਮ ਸੀ ਜਦੋਂ ਅਸੀਂ ਹਸਪਤਾਲ ਪਹੁੰਚੇ ਹਾਂ। ਡੈਥ ਹੋ ਚੁੱਕੀ ਸੀ, ਉਹਦੀ ਸਮਾਨ ਵੀ ਉਹਦਾ ਕੋਈ ਉਹਨੇ ਜਿਹੜਾ ਪਾਇਆ ਸੀ ਉਹ ਵੀ ਲਾ ਚੁੱਕੇ ਸੀ, ਕੋਈ ਨਹੀਂ ਹੈਗਾ ਸੀ, ਸਮਾਨ ਵੀ ਉਹਨੇ ਪਾਇਆ ਹੋਇਆ। ਨਹੀਂ ਮਿਲਿਆ, ਚੈਨੀ ਪਾਈ ਸੀ 1.5 ਤੋਲੇ ਦੀ, ਨਹੀਂ ਮਿਲੀ। ਅਤੇ ਸਾਨੂੰ ਸਾਡੇ ਬੱਚਿਆਂ ਦਾ ਇਨਸਾਫ ਚਾਹੀਦਾ, ਸਾਡੇ ਬੱਚੇ, ਮੇਰਾ ਛੋਟਾ ਜਿਹਾ ਪੋਤਰਾ 6 ਸਾਲ ਦਾ, ਬਸ ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਅਸੀਂ ਉਹਦੇ ਸਿਰ 'ਤੇ ਸਾਡਾ ਘਰ ਸੀ, ਇਹ ਤਾਂ ਬੱਚੇ ਦੇਖ ਲਓ ਦੋਨੇ ਹੀ ਹੈ, ਬਸ ਉਹੀ ਸੀ ਸਾਡਾ ਕਰਤਾ ਧਰਤਾ ਬਸ। ਮੇਰਾ ਨਾਮ ਜੀ ਅਮਿਤ ਕੁਮਾਰ ਜੀ। ਕਿੰਨੇ ਵਜੇ ਐਕਸੀਡੈਂਟ ਹੋਇਆ? ਐਕਸੀਡੈਂਟ ਹੋਇਆ ਜੀ 11:30 ਵਜੇ। ਕਿੰਨੇ ਦਿਨ ਪਹਿਲਾਂ? 19 ਤਰੀਕ ਨੂੰ ਜੀ। ਕਿਵੇਂ ਕੀ ਕਰਨ ਗਏ ਸੀ? ਇਹ ਜੀ ਆਪਣਾ ਮੇਰੇ ਭਰਾ ਭਰਜਾਈ ਆਪਣੇ ਮੰਮੀ ਡੈਡੀ ਨੂੰ ਉੱਧਰ ਮਿਲਣ ਗਏ ਸੀਗੇ, ਸਹੁਰੇ ਪਰਿਵਾਰ ਵੱਲ ਸ਼ਿਮਲਾਪੁਰੀ। ਅਤੇ ਉੱਧਰੋਂ ਵਾਪਸੀ ਆਉਂਦੇ ਹੋਏ ਪ੍ਰੀਤ ਪੈਲਸ ਵਾਲੀ ਰੋਡ ਵਾਲੀ ਸਾਈਡ 'ਤੇ ਉੱਥੇ ਐਕਸੀਡੈਂਟ ਹੋਇਆ, ਪਿੱਛੋਂ ਦੀ ਕਾਰ ਆ ਰਹੀ ਸੀ ਐਕਟਿਵਾ ਦੇ ਵਿੱਚ ਵੱਜੀ। ਅਤੇ ਉਸ ਤੋਂ ਬਾਅਦ ਜਦੋਂ ਸਾਨੂੰ ਕਿਸੇ ਨੇ ਪਤਾ ਚੱਲਿਆ ਸੀ, ਫੋਨ ਕਰ ਰਹੇ ਸੀਗੇ, ਫੋਨ ਚੱਕ ਨਹੀਂ ਰਹੇ ਸੀ, ਕਿਸੇ ਨੇ ਮੋਬਾਈਲ 'ਚ ਸਿਮ ਪਾ ਕੇ ਸਾਨੂੰ ਦੱਸਿਆ ਜਿੱਦਾਂ ਕਰਕੇ ਐਕਸੀਡੈਂਟ ਹੋ ਗਿਆ ਵੈ, ਤੁਸੀਂ ਸਿਵਲ ਹਸਪਤਾਲ ਪਹੁੰਚੋ। ਜਦੋਂ ਅਸੀਂ ਮੌਕੇ 'ਤੇ ਜਾ ਕੇ ਸਿਵਲ ਹਸਪਤਾਲ ਮਤਲਬ ਪਹੁੰਚੇ, ਉੱਥੇ ਮੇਰੇ ਭਾਬੀ ਜੀ ਮੈਂ ਆਪਣੇ ਦੇਖੇ, ਮੇਰੇ ਭਾਬੀ ਦੀ ਮੌਕੇ 'ਤੇ ਡੈਥ ਹੋ ਗਈ ਸੀਗੀ। ਚਲੋ ਉਸ ਤੋਂ ਬਾਅਦ ਦੂਜੀ ਐਂਬੂਲੈਂਸ ਆਈ, ਮੇਰੇ ਵੱਡੇ ਤਾਂ ਭਰਾ ਧਰਮਵੀਰ ਜੀ ਆਏ। ਧਰਮਵੀਰ ਜੀ ਨੇ ਜਦੋਂ ਮੈਂ ਜਦੋਂ ਦੇਖਿਆ ਆ ਕੇ, ਧਰਮਵੀਰ ਜੀ ਨੂੰ ਉਹ ਕਹਿਣ ਲੱਗੇ, ਮਤਲਬ ਮੈਂ ਕਹਿੰਦਾ ਉਹਨੂੰ ਉੱਥੇ ਲੈ ਜਾ ਰਹੇ DMC, ਕਹਿੰਦੇ ਨਹੀਂ ਪਹਿਲਾਂ ਅਸੀਂ ਪਹਿਲਾਂ ਸਿਵਲ 'ਚ ਅਸੀਂ ਚੈੱਕ ਕਰਾਉਣਾ ਹੈਗਾ। ਅਤੇ ਜਦੋਂ ਉਸ ਤੋਂ ਬਾਅਦ ਉਹਨਾਂ ਨੇ ਚੱਕ ਕੇ ਆਪਣਾ ਐਂਬੂਲੈਂਸ 'ਚ ਪਾਇਆ, DMC ਗਏ ਜੀ। ਉੱਥੇ ਵੀ ਮਤਲਬ ਕੁਛ ਟਾਈਮ ਲੱਗਿਆ, ਪਹਿਲਾਂ ਗੱਡੀ ਗੁੱਡੀ ਘੁੰਮਦੀ ਰਹੀ ਇੱਧਰ ਉੱਧਰ, ਉਸ ਤੋਂ ਬਾਅਦ ਮਤਲਬ ਕੁਛ ਦੇਰ ਉੱਥੇ ਰਹੇ, ਉਹਨਾਂ ਨੇ ਵੀ ਜਵਾਬ ਦਿੱਤਾ ਸੀ। ਹਾਂਜੀ, ਕੈਮਰੇ ਦੀ ਫੋਟੋ ਆਈ ਸੀ ਜੀ, ਉਹਨਾਂ ਨੇ ਮਤਲਬ ਪੁਲਿਸ ਨੇ ਕਾਰਵਾਈ ਕੋਈ ਕੀਤੀ ਨਹੀਂ ਉਹ, ਸਾਡੇ ਮਤਲਬ ਮੇਰੇ ਭਾਈ ਗਏ ਸੀਗੇ, ਉਹਨਾਂ ਨੇ ਕਾਰਵਾਈ ਆਪ ਲਿਆ, ਮਤਲਬ ਫੋਟੋ ਸੀ ਕਢਾਉਣੇ ਕਢਵਾਈ ਆ ਉੱਥੇ। ਮਤਲਬ ਹਾਂਜੀ, ਉੱਥੇ ਮਤਲਬ ਉਹ ਕਹਿ ਰਹੇ ਸੀਗੇ, ਦੋ ਬੰਦੇ ਅਸੀਂ ਮੌਕੇ 'ਤੇ ਫੜੇ ਸੀਗੇ, ਬੰਦੇ ਮਾਂ ਪੁੱਛੋ ਇਹ 5 ਹੈਗੇ ਜੀ। ਅਸੀਂ ਮੈਂ ਕਹਿੰਦੇ ਸਾਡਾ ਇਨਸਾਫ ਹੋਵੇ ਜੀ। ਹਾਂਜੀ, ਐਫ ਆਈ ਆਰ ਕੀਤੀ ਹੈ ਜੀ, ਪਰ ਮੈਨੂੰ ਉਹ ਦਬਕਾ ਮਾਰ ਰਿਹਾ ਸੀ ਜੀ ਉਹ। ਹਾਂਜੀ, ਢਿੱਲੀ ਚੱਲ ਰਹੀ ਹੈ ਜੀ।
ਹਾਂਜੀ ਮੰਗ ਕਰ ਰਹੇ ਹੋ ਕਾਰਵਾਈ ਕੀ ਕੀਤੀ ਜਾਵੇ ਜੀ? ਲੱਗਦਾ ਕਿ ਉਹਨੇ ਸ਼ਰਾਬ ਪੀਤੀ ਹੋਈ? ਹਾਂਜੀ ਸ਼ਰਾਬ ਪੀਤੀ, ਸ਼ਰਾਬ ਤਾਂ ਪੀਤੀ, ਉਹਨਾਂ ਨੇ ਖੁਦ ਕਿਹਾ ਜੀ ਸ਼ਰਾਬ ਪੀਤੀ ਹੋਈ ਸੀ, ਮੇਰੇ ਕੋਲੇ ਬੈਠੇ ਸੀ, ਐਂਬੂਲੈਂਸ ਦੇ ਵਿੱਚ ਹੀ ਬੈਠੇ ਸੀ ਦੋ ਮੁੰਡੇ ਮੇਰੇ ਨਾਲ। ਮੁਲਾਜ਼ਾ ਹੋਇਆ? ਹਾਂਜੀ ਉਹਨਾਂ ਦਾ ਮੁਲਾਜ਼ਾ ਹੋਇਆ? ਹਾਂਜੀ ਮੁਲਾਜ਼ਾ ਹੋਇਆ ਜੀ, ਹਾਂਜੀ ਹਾਂਜੀ, ਪਰ ਸਾਨੂੰ ਰਿਪੋਰਟ ਨਹੀਂ ਹਜੇ ਕੋਈ ਆਈ ਜੀ। ਲੁਧਿਆਣਾ ਲਾਈਵ ਲਈ ਟਿੰਕਾ ਚੜ੍ਹ ਦੀ ਰਿਪੋਰਟ।